ਤੇ ਵਾਈਗਰ ਹੋਣੇ ਥੋੜੇ ਦਿਨ ਹੋਏ ਅਸੀਂ ਫਤਿਹਗੜ੍ਹ ਸਾਹਿਬ ਗਏ ਸੀ ਕੁਮਾ ਮਾਸ਼ਕੇ ਜੀ ਤੋਂ ਉਤੋਂ ਸਟਾਰਟ ਕੀਤੀ ਯਾਤਰਾ ਤੇ ਅਸੀਂ ਕੁੜੀ ਪਹਿਲਾਂ ਲੇਟ ਹੋ ਗਏ ਸੀ ਤੇ ਰਾਹ ਵਿੱਚ ਆਉਂਦੇ ਸਨੋਂ ਮਨ ਵਿੱਚ ਇਸ ਤਰ੍ਹਾਂ ਸੀ ਕਿ ਫਤਿਹਗੜ੍ਹ ਸਾਹਿਬ ਜ਼ਰੂਰ ਜਾਣਾ ਜਿਲ੍ਹਾ ਰਾਸ਼ਵੀ ਬਹੁ ਸੀ ਹੈਦਵਾਰ ਸੀਗਾ ਬੜੀ ਸੰਗਤ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਸ਼ਾਇਦ ਵੀ ਮੇਸ ਹੋ ਜਾਣਗੇ ਦਰਸ਼ਨ ਫਤਿਹਗੜ੍ਹ ਸਾਹਿਬ ਜਾ ਨਹੀਂ ਜਾਣਾ ਤੇ ਲੇਟ ਵੀ ਕਾਫੀ ਓਗੇਰਾਤੀ ਮੁਰਦੇ ਹੋਏ ਚਮਕੌਰ ਸਾਹਿਬ ਤੋਂ ਤੇ ਮਾਨਵੀ ਜੰਨਾ ਚਾਸੀ ਸੱਚੇ ਪਾਸ਼ਾ ਆਪਣੇ ਦਰ ਤੇ ਜ਼ੂਰ ਲੈ ਲੈ ਜੀ ਉੱਥੇ ਬਿਠਾ ਕੇ ਸੁੱਤੀ ਲਵਾਈ ਸੱਚੇ ਪਾਸ਼ਾ ਕੁਛ ਦਿਖਾਈ ਉੱਥੇ ਤੇ ਮੈਂ ਜਾਣਾ ਹੀ ਜ਼ਰੂਰ ਜਾਣਾ ਤੁਹਾਡੇ ਦਰ ਤੇ ਅੱਗੇ ਗਏ ਤਾਂ ਪੁਲਿਸ ਦਾ ਬੈਰੀਅਰ ਲੱਗਿਆ ਹੋਇਆ ਸੀ ਕਾਫੀ ਟ੍ਰੈਫਿਕ ਵਾਲੀ ਸਖੜੀ ਸੀ ਉਹ ਅੱਗੇ ਜਾਣ ਨਹੀਂ ਸੀ ਦੇ ਰਹੇ ਅੱਗੇ ਕਾਫੀ ਗੱਟੀਆਂ ਖੜੀਆਂ ਸੀ ਇਸਾ ਨੂੰ ਰਸਤੇ 'ਚ ਉਧਰੋਂ ਸਾਈਡ ਤੇ ਮੋੜ ਰਹੇ ਅਸੀਂ ਸਾਰਿਆਂ ਨੇ ਮੋੜ ਰਹੇ ਸੀ ਅੱਗੇ ਕਿਸੇ ਨੂੰ ਨਹੀਂ ਸੀ ਜਾਣਦੇ ਰਹੇ ਤੇ ਉੱਥੇ ਅਸੀਂ ਸਾਰੇ ਜਣੇ ਅਸੀਂ ਅਰਦਾਸ ਕਰ ਰਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਲੰਗਰ 'ਦੋ ਸਿੱਧਾ ਹੀ ਲੰਗਰ ਲੋ ਵੀ ਇੱਧਰ ਨਾ ਮੁੜ ਜਾਈਂ ਇੱਧਰ ਮੁੜ ਗਏ ਤੇ ਦਰਸ਼ਨ ਨਹੀਂ ਹੋਣੇ ਪਰੇ ਦੀ ਲੰਘ ਜਾਵਾਂਗੇ ਤੇ ਕਾਫੀ ਟਾਈਮ ਲੱਗ ਜਾਏਗਾ ਇਸرائی ਵੀਰ ਜੀ ਨਾਲ ਸੀ 90 ਵਾਲੇ ਹੋਣ ਡਰਾਈਵ ਕਰ ਰਹੇ ਸੀਗੇ ਨਨੁਕੇ ਮਖਾ ਵੀਰ ਜੀ ਤੁਸੀਂ ਨਾ ਇਸ ਤਰ੍ਹਾਂ ਕਰਿਓ ਕਿ ਮੋੜ ਨਹੀਂ ਨਹੀਂ ਗੱਡੀ ਸਿੱਧੀ ਲੈ ਲਿਓ ਸਿੱਧੀ ਰੱਖਿਓ ਤੇ ਆਪਾਂ ਉਹਨਾਂ ਚ ਵੀ ਵਾਇਗੁਰੂ ਹੈ ਤੇ ਆਪਣੇ ਚ ਵੀ ਵਾਇਗੁਰੂ ਹੈ ਤੇ ਤਨਵੀਰ ਵੀ ਕਹਿ ਰਹੀ ਸੀ ਹਾਂਜੀ ਐਕਸਪੈਰੀਮੈਂਟ ਕਰਨਾ ਹੀ ਚਾਹੀਦਾ ਅੱਜ ਐਕਸਪੈਰੀਮੈਂਟ ਕਰਦੇ ਹਾਂ ਇਹ ਸਾਹਮਣੇ ਵਾਲੇ ਚ ਵੀ ਵਾਇਗੁਰੂ ਆਪਣੇ ਚ ਵੀ ਵਾਇਗੁਰੂ ਹੈ ਤੇ ਵਾਇਗੁਰੂ ਸੁਣ ਰਿਹਾ ਵੀ ਅਸੀਂ ਲੇਟ ਹੋ ਰਿਆਂ ਦਰਸ਼ਨ ਵੀ ਅਸੀਂ ਜ਼ਰੂਰ ਕਰਨੇ ਵੀ ਕੋਲੋਂ ਦੀ ਇਦਾਂ ਨਹੀਂ ਲੰਘ ਕੇ ਜਾਣਾ ਹੁਣ ਤੇ ਇਸੇ ਤਰ੍ਹਾਂ ਇੱਕਦਮ ਅੱਗੋਂ ਪੁਲਿਸ ਵਾਲਾ ਆਇਆ ਆ ਕੇ ਕਹਿੰਦਾ ਹਾਂਜੀ ਕਿੱਧਰ ਜਾਣਾ ਸਿੱਧਾ ਜਾਣਾ ਕਹਿੰਦਾ ਜਾਓ ਹੱਥ ਮਾਰ ਕੇ ਕਹਿੰਦਾ ਲੰਘ ਜੋ ਜੀ ਅਸੀਂ ਸਾਰੇ ਇੰਨੇ ਹੈਰਾਨ ਹੋਏ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇੰਨੀ ਕੀਤੀ ਵੈਗੁਰੂ ਨੇ ਉਹ ਕਿਸੇ ਨੂੰ ਵੀ ਨਹੀਂ ਸੀ ਮੋੜਨ ਦੇ ਰਹੇ ਕਿਸੇ ਨੂੰ ਸਿੱਧਾ ਨਹੀਂ ਸੀ ਜਾਣ ਦੇ ਸਾਰਿਆਂ ਨੂੰ ਮੋੜ ਹੀ ਰਹੇ ਸੀਗੇ ਉਹ ਆਪਣੇ ਆਪ ਅੱਗੇ ਆ ਕੇ ਉਸਨੇ ਹੱਥ ਸਾਨੂੰ ਸਾਹਮਣੇ ਕਰਤਾ ਦੇ ਸੀ ਚੱਲ ਗਏ ਅੱਗੇ ਗਏ ਠੰਡੇ ਵੋੜ ਦੇ ਵਿੱਚ ਉੱਥੇ ਬੜੀ ਸੰਗਤ ਸੀ ਉੱਥੇ ਕਾਫੀ ਮਤਲਬ ਰਸ ਬੜਾ ਸੀ ਤੇ ਨਹੀਂ ਜਾਇਆ ਜਾ ਸਕਦਾ ਸੀ ਤੇ ਇਧਰਲੇ ਪਾਸੇ ਮੀਰਾ ਕਹਿੰਦਾ ਚਲੋ ਆਪਾਂ ਇਧਰ ਪਹਿਲਾਂ ਚੱਲਦੇ ਆਂ ਪਿੱਛੇ ਦੇਖ ਕੇ ਉਹ ਪਿੱਛੋਂ ਦੀ ਰਾਹ ਹੈਗਾ ਤੇ ਨਿਹਾ ਤੇ ਚੇਨਨ ਸੀਗੇ ਸਾਹਿਬ ਜਦ ਤੇ ਉਹ ਪਿੱਛੋਂ ਦੀ ਕੋਰਨਵਾਰ ਰਸਤਾ ਕੱਢਿਆ ਹੋਇਆ ਤੇ ਉੱਥੇ ਦੀ ਦੇਖਿਆ ਤੇ ਸਿੰਘ ਇੱਕ ਖੜੇ ਸੀ ਪੈਰੇ ਤੇ ਉਹ ਹਾਲੇ ਉਹਨਾਂ ਨੇ ਇੱਕ ਮਿੰਟ ਲਈ ਖੋਲਿਆ ਸੀ ਦਰਵਾਜਾ ਉਹ ਤੇ ਸਾਨੂੰ ਕਹਿੰਦੇ ਤੁਸੀਂ ਅੰਦਰ ਜਾਣਾ ਅਸੀਂ ਕਿਹਾ ਹਾਂਜੀ ਅਸੀਂ ਅੰਦਰ ਚਲੇ ਗਏ ਉੱਥੇ ਵੀ ਉਹਨਾਂ ਨੇ ਉਹ ਨਾਦੀਆ ਬੰਦ ਕਰਤਾ ਵਾਈਕੂ ਨੇ ਰੈਡੀ ਰੇਡੀਓ ਕਿ ਸੁਣਿਆ ਰਾਸ਼ਤੇ ਦੇ ਵਿੱਚੋਂ ਇੰਨੇ ਰਾਸਤੇ ਦੇ ਵਿੱਚੋਂ ਕੱਢ ਕੇ ਸਾਨੂੰ ਜਿਹੜੇ ਗੁਰਗੰਸਾ ਦੇ ਪ੍ਰਕਾਸ਼ ਕੀਤਾ ਉੱਥੇ ਅੰਦਰ ਕੋਲ ਬਿਠਾ ਲਿਆ ਲਿਆ ਕੇ ਸੱਚੇ ਬਾਸ਼ਾ ਨੇ ਉੱਥੇ ਸੁਰਤੀ ਲਵਾਈ ਸੱਚੇ ਬਾਸ਼ਾ ਨੇ ਸੁਰਤੀ ਲਵਾਈ ਸੁਰਤੀ ਵਿੱਚ ਕੁਝ ਕੁਝ ਸੀਨ ਦਿਖਾਈ ਯੁੱਧ ਦੇ ਜਿਹੜਾ ਯੁੱਧ ਹੋਇਆ ਉੱਥੇ ਕੁਝ ਕੁਝ ਸੀਨ ਦਿਖੇ ਤੇ ਉਹ ਮੈਨੂੰ ਪ੍ਰੋਪਰ ਨਹੀਂ ਯਾਦ ਫਿਰ ਉਸ ਤੋਂ ਬਾਅਦ ਜਦੋਂ ਟਾਈਮ ਹੋ ਗਿਆ ਵਾਈਕੂ ਜੀ ਕਹਿੰਦੇ ਤੁਸੀਂ ਲੇਟ ਹੋ ਰਹੇ ਹੋ ਫਿਰ ਆਵਾਜ਼ ਆਈ ਗੁਰਗੰਸਾ ਵਿੱਚੋਂ ਕਹਿੰਦੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰवते ਵਾਇਗੁਰੂ ਜੀ ਹੁਣ ਤੁਸੀਂ ਜਾਓ ਕਹਿੰਦੇ ਹੁਣ ਤੁਸੀਂ ਉੱਠੋ ਹੁਣ ਤੁਸੀਂ ਜਾਓ ਤੁਸੀਂ ਲੇਟ ਹੋ ਰਿਹਾ ਜਾਓ ਤੁਸੀਂ ਇਹ ਰੱਖਾਂ ਖੋਲੀਆਂ ਵੈਗਨ ਸੁਰਤੀ ਆਪ ਹੀ ਫਲਵਾਈ ਆਪ ਹੀ ਭੇਜਾ ਤੇ ਇੰਨਾ ਅਸੀਂ ਸਾਰੇ ਰਸਤੇ ਨੇ ਹੈਰਾਨ ਸੱਚੇ ਪਾਸ਼ਾ ਜੀ ਬੜੀ ਦਇਆ ਬੜੀ ਕਿਰਪਾ ਕਰਦੇ ਨੇ ਬਸ ਇੱਕ ਪ੍ਰੇਮ ਚਾਹੀਦਾ ਧ੍ਰਿੜ ਪ੍ਰੇਮ ਧ੍ਰਿੜ ਵਿਸ਼ਵਾਸ ਵਾਇਗੁਰਤੇ ਵਿਸ਼ਵਾਸ ਨਹੀਂ ਡੋਲਣ ਦੇਣਾ ਵਿਸ਼ਵਾਸ ਧ੍ਰਿੜ ਰੱਖਣਾ ਕਈ ਵਾਰ ਇਨੈਕਟਿਵਿਟੀ ਆ ਜਾਂਦੀ ਹੈ ਪਰ ਉਸ ਵੇਲੇ ਕੱਲ ਵੀ ਕਥਾ ਵੀ ਚਹੀ ਸੀ ਅੱਜ ਵੀ ਇਹੀ ਹੈ ਕਿ ਆਪਣਾ ਪ੍ਰੇਮ ਪ੍ਰੇਮ ਨਹੀਂ ਰੁੱਟਣ ਦੇਣਾ ਹੈਗਾ ਗੁਰਸਾਹਿਬ ਨਾਲ ਪ੍ਰੇਮ ਦੀ ਸਾਰੀ ਖੇਡ ਆ ਹੋਰ ਦਿਖਾਵੇ ਦੀ ਬੈਠ ਕੇ ਕਹਾਵੀਂ ਬੰਦ ਕਰਨੇ ਸੁਰਤੀ ਉਹ ਵੀ ਨਹੀਂ ਖੇਡ ਹੈਗੀ ਅੰਦਰ ਦੇ ਪ੍ਰੇਮ ਦੀ ਖੇਡ ਹੈ ਕਿੰਨਾ ਕ ਆਪਣਾ ਪ੍ਰੇਮ ਵਾਹਿਗੁਰੂ ਜੀ ਨਾਲ ਹੈ